ਅਸੀਂ ਲੈਣੇ ਨਹੀਂ ਤੈਨੂੰ, ਤੂੰ ਕੋ ਉੱਥੇ ਬਹਿ, ਤੂੰ ਬਹਿ ਜਾ, ਉਹ ਬਹਿ ਜਾ, ਕੁੱਟ ਖਾਏਗਾ। ਇਹ ਮੇਰਾ ਪੁਰਾਣਾ ਦੋਸਤ, ਪੁਰਾਣਾ ਦੋਸਤ ਆ ਮੇਰਾ ਸਟਰਗਲ ਵੇਲੇ ਦਾ। ਇਹ ਬਹੁਤ ਕੁਦਰਤ ਮਿਹਰਬਾਨ ਹੋਣ ਲੱਗੇ ਤਾਂ ਹੋ ਸਕਦਾ ਰਾਤੋ ਰਾਤ ਹੋ ਜਾਏ, ਨਾ ਹੋਵੇ ਤਾਂ ਕਈ ਵਾਰੀ ਐਸਾ ਤੁਹਾਡਾ ਇਮਤਿਹਾਨ ਲੈਂਦੀ ਆ ਕਿ ਤੁਹਾਡੀ ਉਮਰ ਨਿਕਲ ਜਾਂਦੀ। ਸੋ ਅਸੀਂ, ਮੈਂ ਵੀ ਬਹੁਤ ਛੋਟਾ ਸੀ ਜਦੋਂ ਮੇਲਿਆਂ ਦੇ ਵਿੱਚ ਜਾਂਦਾ ਸੀ ਸਾਧੂ, ਇਹ ਮੇਰੇ ਪਿੰਡਾਂ ਦਾ ਹੈ, ਸੇਖਮਾਂ ਦਾ ਹੈ, ਪਰ ਇਹਦੀ ਹਿੰਮਤ ਦੇਖੋ, ਨਹੀਂ ਤਾਂ ਸਾਡੇ ਵਰਗੇ ਤਾਂ ਪਾਣੀ ਦਾ ਗਲਾਸ ਚੱਕ ਵੀ ਇੱਧਰ ਉੱਧਰ ਨਹੀਂ ਰੱਖਦੇ, ਫਿਰ ਵੀ ਪਹੁੰਚ ਜਾਂਦਾ। ਇੱਕ ਜ਼ੋਰਦਾਰ ਤਾੜੀ ਲਾਓ ਇਹਦੀ। ਸਾਧੂ ਤੂੰ ਬੈਠ, ਹਾਲੇ ਮੈਨੂੰ ਗਰਮ ਹੋ ਲੈਂਦਾ, ਚੰਗਾ। ਮੈਂ ਮਾੜੀ ਜਿਹੀ ਸੈਲਫ ਮਾਰੀ ਆ, ਫਿਰ ਮੈਂ ਗੱਡੀ ਕਿਤੇ ਸਾਈਡ 'ਤੇ ਲਾ ਕੇ ਫਿਰ ਤੈਨੂੰ ਮੌਕਾ ਦਿੰਦਾ, ਚੰਗਾ, ਆਰਾਮ ਨਾਲ ਪੈ। ਆ ਸਾਧੂ ਵੀ ਜ਼ੋਰਦਾਰ ਤਾੜੀ ਲਾਓ, ਸਾਧੂ ਸਿੰਘ ਲਈ, ਮੇਰੇ ਵੀਰ ਲਈ। ਮੈਂ ਚਾਹੂੰਗਾ ਤੁਸੀਂ ਜਿੰਨੀ ਵੀ ਸੇਵਾ ਇਹਨੂੰ ਦੇ ਸਕਦੇ ਹੋਏ, 100, 50, 10, 20 ਜਿੰਨੀ ਵੀ ਦੇ ਸਕਦੇ ਹੋਏ, ਜਿਹੜੀ ਗਰੀਬੀ ਹੁੰਦੀ ਆ, ਮੈਂ ਬਹੁਤ ਬਹੁਤ ਨੇੜਿਓਂ ਵੇਖੀ। ਮੈਂ ਜਦੋਂ ਮੇਲਿਆਂ 'ਚ ਗਾਉਂਦਾ ਸੀ ਬਾਬਿਓ, ਕਿਤੇ ਟਾਈਮ ਮਿਲ ਜਾਂਦਾ ਸੀ, ਕਿਤੇ ਨਹੀਂ ਮਿਲਦਾ ਸੀ, ਜਾ ਕੇ ਖਿੱਚਦੇ ਰਹੀਦਾ ਸੀ ਪਜਾਮੇ ਪੈਂਟਾਂ ਪ੍ਰਧਾਨਾਂ ਦੀਆਂ ਵੀ ਦੇ ਦਿਓ ਟਾਈਮ ਜਦੋਂ ਕੋਈ। ਔਰ ਵੈਸੇ ਵੀ ਇਹ ਕਲਾਕਾਰ ਬਿਰਤੀ ਆ, ਭਾਵੇਂ ਕਲਾਕਾਰ ਨੂੰ ਤੁਸੀਂ 10 ਲੱਖ ਦਿੱਤਾ ਹੋਵੇ, ਜਦੋਂ ਤੁਸੀਂ ਉਹਨੂੰ 10 ਰੁਪਏ ਦਿੰਦੇ ਹੋ, ਉਹ ਉਹਨੂੰ 10 ਲੱਖ ਨਾਲ ਵੀ ਵੱਡੇ ਲੱਗਦੇ ਆ। ਸੋ ਇਹਦਾ ਇਹਦਾ ਪਰਿਵਾਰ ਇਹਦੇ 'ਤੇ ਚੱਲਦਾ। ਮੈਂ ਇਹਨੂੰ ਬਹੁਤ ਪੁਰਾਣਾ ਜਾਣਦਾ, ਹੁਣ ਤਾਂ ਸਾਧੂ ਬੁੜਾ ਹੋ ਚੱਲਿਆ, ਪਰ ਤੁਸੀਂ ਕੋਸ਼ਿਸ਼ ਕਰਿਓ, ਜੋ ਵੀ ਤੁਹਾਡੇ ਕੋਲ ਸਰਦਾ ਬੰਦਾ ਹੋਇਆ, ਮਜਬੂਰੀ ਨਹੀਂ ਆ, ਇਹ ਸੇਵਾ ਅਸਲੀ ਸੇਵਾ ਹੈ। ਬਾਕੀ ਵੀ ਤੁਸੀਂ ਕਰਦੇ ਰਿਹਾ ਕਰੋ, ਪਰ ਇਹਨੂੰ ਜ਼ਰੂਰ ਤੁਸੀਂ ਸੇਵਾ ਦਿਓ ਜਿੰਨੀ ਵੀ ਹੋ ਸਕੀ। ਲੈ ਵੀ ਸਾਧੂ ਸਿੰਘ, ਉਹ ਜਿੰਦਾ ਚੜ੍ਹਦੀ ਗੱਲ ਚੱਲੀ। ਲੈ ਸਾਧੂ ਤੇਰੀ ਵੋਣੀ ਹੋ ਗਈ ਹੈ, ਉਹ ਤੇਰੇ ਸਦਕੇ ਤੂੰ ਤਿਆਰੀ 'ਚ ਆਇਆ। ਇਹ ਤਾਂ ਫਿਰ ਥੋੜ੍ਹਾ ਜਿਹਾ ਆ, ਤਾਂ ਚੱਕ ਇਹਨੂੰ ਇੱਥੇ ਕਰ, ਤੇਰੀ ਹਾਈਟ ਛੋਟੀ ਹੈ, ਐਂ ਹੋਣਾ ਪੈਣਾ ਇੱਥੋਂ ਸਿੱਧਾ ਟੁੱਟੀ ਗਏ, ਤਿਆਰੀ ਥੋੜ੍ਹੀ ਜਿਹੀ ਖਿੱਚ ਇਹਨੂੰ ਕਾਸਲਾ ਮਾੜੀ ਜਿਹੀ ਲਗਾਮ, ਕਿਉਂ ਬਈ ਆਇਆ ਆ ਲੈ ਬਈ, ਜ਼ੋਰਦਾਰ ਤਾੜੀ ਲਾਓ ਮੇਰੇ ਲਈ, ਬਹੁਤ ਬਹੁਤ। ਇਹਦਾ ਪਿੰਡ ਸੇਖਵਾਂ ਆ, ਇੱਥੋਂ ਸੇਖਵਾਂ ਕੋਈ 30-40 ਕਿਲੋਮੀਟਰ ਹੈਗਾ, ਅਤੇ ਬਹੁਤ ਇਹ ਸ਼ੁਰੂ ਤੋਂ ਹੀ ਆਉਂਦਾ ਰਿਹਾ, ਇਹਦੇ ਨਾਲ ਬੰਦੇ ਬਦਲਦੇ ਗਏ, ਕਈ ਇਹਦੇ ਪਿੰਡ ਦੇ ਆਉਂਦੇ ਸੀ, ਕਈ ਇਹਦੇ ਨੇੜੇ, ਜਿਹੜਾ ਕੋਈ ਇਹਨੂੰ ਲੈ ਆਉਂਦਾ ਸੀ ਇਹ ਵਿਚਾਰਾ ਉਹਦੇ ਨਾਲ ਜਾਂਦਾ ਸੀ। ਮੈਨੂੰ ਯਾਦ ਆ ਅਸੀਂ ਛੋਟੇ ਛੋਟੇ ਹੁੰਦੇ ਸੀ, ਔਰ ਉਦੋਂ ਦਾ ਸਾਡੀ ਵੀ ਦੌੜ ਲੱਗੀ ਹੁੰਦੀ ਸੀ, ਇੱਦਾਂ ਹੀ ਚਲੋ ਮਹਾਰਾਜ ਨੇ ਬਾਂਹ ਫੜਦੀ। ਮੈਂ ਚਾਹੂੰਗਾ, ਅਰਦਾਸ ਕਰਦਾ ਮਾਲਕ ਇਹਦੀ ਵੀ ਬਾਂਹ ਫੜੇ, ਜਿੰਨੀ ਛੇਤੀ ਹੋ ਸਕਦਾ ਮਾਲਕ ਇਹਨੂੰ ਵੀ ਕਾਮਯਾਬ ਕਰੇ, ਹੋਰ ਕਾਮਯਾਬ ਕਰੇ, ਤਾਂ ਜੋ ਇਹ ਵੀ ਆਪਣੇ ਪੈਰਾਂ 'ਤੇ ਹੋਰ ਜ਼ਿਆਦਾ ਖੜਾ ਹੋ ਕੇ ਅਤੇ ਤੁਹਾਡੇ ਲੋਕਾਂ ਦੀ ਸੇਵਾ ਕਰੇ। ਸੋ ਆਓ ਸਾਧੂ ਸਿੰਘ, ਲੈ ਜਿਵੇਂ ਬਾਬਾ ਜੀ ਨੇ ਦੱਸਿਆ ਹੈ ਕਿ ਘਰ ਪਰਿਵਾਰ ਆ ਮੇਰਾ, ਔਰ ਫਕਰਾਂ ਦੇ ਦਰ 'ਤੇ ਆਏ ਹਾਂ, ਫਕਰਾਂ ਦੀ ਗੱਲ ਕਰਾਂਗੇ। ਇਸ਼ਕ ਬੁੱਲੇ ਨੂੰ ਨਚਾਵੇ ਯਾਰ ਤੇ ਨੱਚਣਾ ਪੈਂਦਾ ਏ, ਸਾਹਮਣੇ ਹੋਵੇ ਯਾਰ ਤੇ ਨੱਚਣਾ ਪੈਂਦਾ ਏ। ਇੱਕ ਵਾਰੀ ਤਾਰੀ ਮਾਰ ਕੇ ਦੱਸ ਦਿਓ ਕਿੰਨੇ ਕਿੰਨੇ ਇਹ ਸੁਣਿਆ ਵਾ ਕਨਵਰ ਜੀ ਦਾ। ਹੋ ਫਕੀਰਾਂ ਨੇ ਸਭ ਰੱਬ ਤੇ ਛੱਡਿਆ, ਆਏ ਪਹਿਲਾ ਫਿਕਰ ਨਾ ਪਾਕਾ, ਮਸਤਾਨੇ ਸਭ ਰੱਬ ਤੇ ਛੱਡਿਆ, ਹਾਏ ਨਾ ਪਹਿਲਾ ਫਿਕਰ ਨਾ ਪਕਾ, ਉਹ ਨੱਚ ਕੇ ਯਾਰ ਮਨਾ ਕੇ ਤੁਰ ਗਏ, ਹਾਏ ਲੋਕੀ ਕਹਿਣ ਸੇ ਆਪਾ, ਸਾਡੇ ਵਾਲੀ ਤੈਨੂੰ ਨਹੀਂ ਉਹ ਚਰਨੀ, ਉਹ ਚਾਹੇ ਪੀਪੀ ਖਾਲੀ ਕਰਦੇ ਠੇਕੇ, ਉਹ ਡੇਰੇ ਚ ਫਕੀਰ ਨੱਚਦਾ, ਉਹ ਰੱਬ ਸਾਹਮਣੇ ਬੈਠ ਕੇ ਵੇਖੇ, ਉਹ ਡੇਰੇ ਵਿੱਚ ਸਾਧ ਨੱਚਦਾ, ਕਿਉਂਕਿ ਜਿਹਦਾ ਵਿਆਹ ਹੋਏ ਘੋੜੀਆਂ ਵੀ ਉਹਦੀਆਂ ਗਾਣੀਆਂ ਚਾਹੀਦੀਆਂ ਨੇ। ਉਹ ਰੋਮ ਰੋਮ ਵਿੱਚ ਵਾਸ ਸੱਜਣ ਦਾ, ਆ
ਐਡਾ ਡਾ ਏ ਧਰਵਾਸ ਸੱਜਣ ਦਾ ਉਹ ਤੁਰ ਪਈਆ ਹੁਣ ਯਾਰ ਦੇ ਘਰ ਨੂੰ ਹਾਏ ਮੈਂ ਛੱਡ ਨਹੀਂ ਸਕਦੀ ਉਹਦੇ ਦਰ ਨੂੰ ਹਾਏ ਦੁਨੀਆ ਪਈ ਖਸਮਾਂ ਨੂੰ ਖਾਵੇ ਉਹ ਮਸਤੀ ਮੈਂ ਫਿਰਦੀ ਹਾਏ ਮੇਰਾ ਤੁਣਕਾ ਯਾਰ ਵਜਾਵੇ ਉਹ ਮਸਤੀ ਮੈਂ ਫਿਰਦੀ ਉਹ ਰੂਹ ਅੱਲਾ ਅੱਲਾ ਗਾਵੇ ਰੂ ਅੱਲਾ ਅੱਲਾ ਗਾਵੇ ਤੇ ਮਸਤੀ ਮੈਂ ਫਿਰਦੀ ਆਏ ਤੁਣਕਾ ਯਾਰ ਵਜਾਵੇ ਉਹ ਮਸਤੀ ਮੈਂ ਫਿਰਦੀ ਹੋਣਾ ਜਾ ਇਸ਼ਕ ਬੁੱਲੇ ਨੂੰ ਨਚਾਵੇ ਯਾਰ ਤੇ ਨੱਚਣਾ ਪੈਂਦਾ ਏ ਸਬਸਕ੍ਰਾਈਬ ਕਰੋ MS Live TV ਚੈਨਲ ਨੂੰ ਅਤੇ ਨਵੀਆਂ ਨਵੀਆਂ ਵੀਡੀਓਜ਼ ਦੇਖਣ ਲਈ ਬੈੱਲ ਦੇ ਆਈਕਨ 'ਤੇ ਕਲਿੱਕ ਕਰੋ।